ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ 'ਤੇ। ਮੈਂ ਸੁਮਨਪ੍ਰੀਤ ਕੌਰ। ਅੱਜ ਹੈ 30 ਅਗਸਤ 2024। ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 30 ਅਗਸਤ 2024 ਦੇ ਨਾਲ ਰਿਲੇਟਿਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ। ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ। ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ। ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ PDF ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ 'ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ PDF ਵੀ ਲੈ ਸਕਦੇ ਨੇ। ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ। ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ। ਜੇਕਰ ਤੁਹਾਨੂੰ ਅੱਜ ਦੀ ਕਲਾਸ ਵਧੀਆ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਹਰੁਣ ਇੰਡੀਆ ਰਿਚ ਲਿਸਟ 2024 ਵਿੱਚ ਨੰਬਰ 1 ਸਥਾਨ ਕਿਸਨੇ ਹਾਸਲ ਕੀਤਾ ਹੈ? ਹਾਂਜੀ, ਹਰੁਣ ਇੰਡੀਆ 2024 ਲਿਸਟ ਜਾਰੀ ਕੀਤੀ ਗਈ ਹੈ ਅਤੇ ਇਸ ਦੇ ਵਿੱਚ ਨੰਬਰ 1 ਸਥਾਨ ਹਾਸਲ ਕੀਤਾ ਗੌਤਮ ਅਡਾਨੀ ਨੇ। ਆਪਸ਼ਨ ਏ ਇਜ਼ ਦਾ ਰਾਈਟ ਆਨਸਰ। ਨੈਕਸਟ ਹੈ, ਕਾਗਜ਼ ਰਹਿਤ ਕੌਂਸਲ ਮੀਟਿੰਗਾਂ ਲਈ ਹਾਲ ਹੀ ਵਿੱਚ ਈ ਕੈਬਿਨੇਟ ਪ੍ਰਣਾਲੀ ਕਿੱਥੇ ਲਾਗੂ ਕੀਤੀ ਜਾਵੇਗੀ? ਕਾਗਜ਼ ਰਹਿਤ ਕੌਂਸਲ ਮੀਟਿੰਗ ਦੇ ਲਈ ਈ ਕੈਬਨਿਟ ਪ੍ਰਣਾਲੀ ਲਾਗੂ ਕੀਤੀ ਜਾਵੇਗੀ ਆਂਧਰਾ ਪ੍ਰਦੇਸ਼ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਹੁਣ ਆਂਧਰਾ ਪ੍ਰਦੇਸ਼ ਦੇ ਵਿੱਚ ਲਾਗੂ ਕੀਤੀ ਜਾਵੇਗੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਦੀ ਕੈਪੀਟਲ ਕੀ ਆ? ਅਮਰਾਵਤੀ। ਇੱਥੋਂ ਦੇ ਚੀਫ ਮਿਨਿਸਟਰ ਆ ਐਨ ਚੰਦਰ ਬਾਬੂ ਨਾਇਡੂ ਅਤੇ ਇੱਥੋਂ ਦੇ ਗਵਰਨਰ ਆ ਜੇ ਅਬਦੁਲ ਨਜ਼ੀਰ। ਆਂਧਰਾ ਪ੍ਰਦੇਸ਼ ਵਿੱਚ ਸ਼੍ਰੀ ਵੈਂਕਟੇਸ਼ਵਰ ਨੈਸ਼ਨਲ ਪਾਰਕ ਆ, ਮਰੂਗਾਵਾਮੀ ਨੈਸ਼ਨਲ ਪਾਰਕ ਆ, ਕਬਾਲਾ ਨੈਸ਼ਨਲ ਪਾਰਕ ਆ, ਨਾਗਾਰੂਜਨ ਨੈਸ਼ਨਲ ਪਾਰਕ ਆ, ਪਾਪੀਕੋਂਡਾ ਨੈਸ਼ਨਲ ਪਾਰਕ ਆ। ਭਾਸ਼ਾ ਦੇ ਆਧਾਰ 'ਤੇ ਗਠਿਤ ਹੋਣ ਵਾਲਾ ਭਾਰਤ ਦਾ ਪਹਿਲਾ ਰਾਜ ਆ ਆਂਧਰਾ ਪ੍ਰਦੇਸ਼। ਫਲਾਂ ਦਾ ਸਭ ਤੋਂ ਵੱਡਾ ਉਤਪਾਦਕ ਆ ਆਂਧਰਾ ਪ੍ਰਦੇਸ਼। ਸਭ ਤੋਂ ਵੱਧ ਤੰਬਾਕੂ ਆਂਧਰਾ ਪ੍ਰਦੇਸ਼ ਦੇ ਵਿੱਚ ਪੈਦਾ ਕੀਤਾ ਜਾਂਦਾ। ਆਂਧਰਾ ਪ੍ਰਦੇਸ਼ ਨੂੰ ਵੱਧ ਤੋਂ ਵੱਧ ਅੰਗਦਾਨ ਲਈ ਜੀਵਨ ਦਾਨ ਅਵਾਰਡ ਮਿਲਿਆ। ਆਂਧਰਾ ਪ੍ਰਦੇਸ਼ ਵਿੱਚ NTR ਭਰੋਸਾ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ। ਅਯਾਨਾ ਪਾਥਰੂਡੂ ਚਿੰਤਾ ਕਿਆਲਾ ਆਂਧਰਾ ਪ੍ਰਦੇਸ਼ ਦੇ ਵਿੱਚ ਵਿਧਾਨ ਸਭਾ ਦੀ ਪਹਿਲੀ ਮਹਿਲਾ ਸਪੀਕਰ ਬਣੀ। ਆਂਧਰਾ ਪ੍ਰਦੇਸ਼ ਸਰਕਾਰ ਨੇ ਉੱਚ ਸਿੱਖਿਆ ਕੋਰਸਾਂ ਲਈ EDX ਨਾਲ ਭਾਈਵਾਲੀ ਕੀਤੀ। ਜਲ ਸੈਨਾ ਅਭਿਆਸ ਮਿਲਾਨ ਦਾ 12ਵਾਂ ਐਡੀਸ਼ਨ ਵਿਸ਼ਾਖਾਪਟਨਮ ਵਿਖੇ ਆਯੋਜਿਤ ਕੀਤਾ ਗਿਆ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਮਾਜਿਕ ਸੁਰੱਖਿਆ ਪੈਨਸ਼ਨ ਵਧਾ ਕੇ 3000 ਰੁਪਏ ਕਰ ਦਿੱਤੀ। ਆਂਧਰਾ ਪ੍ਰਦੇਸ਼ ਖੇਤੀਬਾੜੀ ਮੰਡੀਕਰਨ ਸੁਧਾਰਾਂ ਵਿੱਚ ਟੌਪ 'ਤੇ ਰਿਹਾ। ਨੈਕਸਟ ਹੈ, ਹਾਲ ਹੀ ਵਿੱਚ NSG ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ? ਹਾਂਜੀ, NSG ਜਾਣੀ ਕਿ ਨੈਸ਼ਨਲ ਸਿਕਿਉਰਿਟੀ ਗਾਰਡ ਦੇ ਨਵੇਂ ਡਾਇਰੈਕਟਰ ਜਨਰਲ ਵਜੋਂ ਚੁਣਿਆ ਗਿਆ ਬੀ ਸ਼੍ਰੀਨਿਵਾਸਨ ਨੂੰ। ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ। ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੰਜੀਵ ਰੈਣਾ ਨੂੰ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਦਾ ਵਧੀਕ ਡਾਇਰੈਕਟਰ ਜਨਰਲ ਚੁਣਿਆ ਗਿਆ। ਰਾਜੇਸ਼ ਨੰਬਿਆਰ ਨੂੰ ਨਾਸਕੌਮ ਦੇ ਚੇਅਰਪਰਸਨ ਨਿਯੁਕਤ ਕੀਤਾ ਗਿਆ। ਕੈਲੀ ਮਾਹੌਨ ਟੂਲੀਅਰ ਨੂੰ US ਇੰਡੀਆ ਸਟ੍ਰੈਟੇਜਿਕ ਪਾਰਟਨਰਸ਼ਿਪ ਫੋਰਮ ਦੇ ਬੋਰਡ ਆਫ ਡਾਇਰੈਕਟਰਸ ਵਿੱਚ ਸ਼ਾਮਿਲ ਕੀਤਾ ਗਿਆ। ਅਮਰਦੀਪ ਸਿੰਘ ਭਾਟੀਆ ਨੇ ਨਵੇਂ DGP IIT ਦੇ ਸਕੱਤਰ ਵਜੋਂ ਆਉਂਦਾ ਸੰਭਾਲਿਆ, ਜਾਣੀ ਕਿ ਡਿਪਾਰਟਮੈਂਟ ਫੋਰ ਪ੍ਰਮੋਸ਼ਨ ਆਫ ਇੰਡਸਟਰੀ ਐਂਡ ਇੰਟਰਨਲ ਟ੍ਰੇਡ। ਐਮ ਸੁਰੇਸ਼ ਨੂੰ ਏਅਰਪੋਰਟ ਅਥਾਰਟੀ ਆਫ ਇੰਡੀਆ ਦਾ ਅੰਤਰਿਮ ਚੇਅਰ ਨਿਯੁਕਤ ਕੀਤਾ ਗਿਆ। ਸੱਤਿਆ ਪ੍ਰਕਾਸ਼ ਸਾਂਗਵਾਨ ਨੇ ਪੈਰਿਸ 2024 ਪੈਰਾ ਓਲੰਪਿਕ ਲਈ ਸੇਫਟੀ ਮਿਸ਼ਨ ਦਾ ਨਾਮ ਦਿੱਤਾ ਗਿਆ ਜਾਂ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ।
ਨੈਕਸਟ ਹੈ, ਹਾਲ ਹੀ ਵਿੱਚ 17ਵੀਂ ਇੰਡੀਆ ਇਜ਼ਰਾਈਲ ਵਿਦੇਸ਼ ਦਫ਼ਤਰ ਸਲਾਹਕਾਰ ਕਿੱਥੇ ਆਯੋਜਿਤ ਕੀਤੀ ਗਈ? 17ਵੀਂ ਇੰਡੀਆ ਇਜ਼ਰਾਈਲ ਵਿਦੇਸ਼ ਦਫ਼ਤਰ ਸਲਾਹਕਾਰ ਮੀਟਿੰਗ ਆਯੋਜਿਤ ਕੀਤੀ ਗਈ ਨਵੀਂ ਦਿੱਲੀ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਇਹ ਮੀਟਿੰਗ ਇਜ਼ਰਾਈਲ ਦੇ ਵਿੱਚ ਹੋਵੇਗੀ, ਤਾਂ ਇਜ਼ਰਾ ਮਤਲਬ ਕਿ ਇਜ਼ਰਾਈਲ ਅਤੇ ਭਾਰਤ ਦੇ ਵਿਚਕਾਰ ਨਵੀਂ ਦਿੱਲੀ ਦੇ ਵਿੱਚ ਹੋਵੇਗੀ। ਤਾਂ ਮੈਪ ਦੇ ਵਿੱਚ ਤੁਸੀਂ ਦੇਖੋ ਇਜ਼ਰਾਈਲ, ਇਜ਼ਰਾਈਲ ਦੀ ਕੈਪੀਟਲ ਕੀ ਹੈ? ਯਰੂਸਲਮ। ਕਰੰਸੀ ਹੈ ਇਜ਼ਰਾਈਲੀ ਨਿਊ ਸਾਈਕਲ। ਪ੍ਰਾਈਮ ਮਿਨਿਸਟਰ ਹੈ ਬੈਂਜਾਮਿਨ ਨੇਤਨਯਾਹੂ। ਪ੍ਰੈਜ਼ੀਡੈਂਟ ਹੈ ਇਸਹਾਕ ਹੈਰੀਓਕ। ਅਤੇ ਨਾਲ ਹੀ ਤੁਸੀਂ ਮੈਪ ਦੇ ਵਿੱਚ ਇਹ ਵੀ ਦੇਖਿਆ ਕਰੋ, ਜਿਵੇਂ ਇਜ਼ਿਪਟ ਆ, ਇਜ਼ਿਪਟ ਦੇ ਨਾਲ ਸਿਨਾਈ ਪਿਆ, ਉਸ ਦੇ ਨਾਲ ਇਜ਼ਰਾਈਲ ਆ, ਅਤੇ ਇਜ਼ਰਾਈਲ ਦੇ ਨਾਲ ਗਾਜ਼ਾ। ਗਾਜ਼ਾ ਅਤੇ ਇਜ਼ਰਾਈਲ ਦੇ ਵਿੱਚ ਕਾਫੀ ਹੁਣ ਤੱਕ ਵਿਰੋਧ ਚੱਲ ਰਿਹਾ ਵਾ, ਠੀਕ ਹੈ, ਅਤੇ ਮਤਲਬ ਕਿ ਇੱਕ ਦੂਜੇ 'ਤੇ ਅਟੈਕ ਤੱਕ ਹੋਏ ਆ, ਜਿਵੇਂ ਕਿ ਤੁਹਾਨੂੰ ਪਤਾ ਕਾਫੀ ਖਬਰਾਂ 'ਚ ਰਹੇ ਆ। ਤਾਂ ਇੱਦਾਂ ਤੁਸੀਂ ਮੈਪ 'ਚ ਦੇਖਿਆ ਕਰੋ, ਸਾਊਦੀ ਅਰਬ, ਫਿਰ ਇਹਦੇ ਨਾਲ ਹੀ ਜੋਰਡਨ ਵੀ ਪਿਆ ਵਾ, ਠੀਕ ਹੈ, ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ। ਸੀਰੀਆ ਵੀ ਆ, ਅਤੇ ਸੀਰੀਆ ਦੇ ਨਾਲ ਰਿਲੇਟਿਡ ਮੈਂ ਅੱਗੇ ਤੁਹਾਨੂੰ ਮੈਪ ਦੇ ਵਿੱਚ ਦਿਖਾਵਾਂਗੀ ਕਿ ਸੀਰੀਆ ਤੋਂ ਬਾਅਦ ਕਿਹੜੇ ਦੇਸ਼ ਆ ਰਹੇ ਆ ਅਤੇ ਕਿੱਥੇ ਇੰਡੀਆ ਤੱਕ ਪਹੁੰਚ ਰਹੇ ਆ। ਇਜ਼ਰਾਈਲ ਦੀ ਸੰਸਦ ਨੇ UNRWA ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ। ਸੰਯੁਕਤ ਰਾਸ਼ਟਰ ਨੇ ਇਜ਼ਰਾਈਲ ਨੂੰ ਬਲੈਕਲਿਸਟ ਕੀਤਾ। ਇਜ਼ਰਾਈਲ ਨੇ ਹਮਾਸ ਵਿਰੋਧ ਚੱਲ ਰਹੀ ਲੜਾਈ ਨੂੰ ਆਪਰੇਸ਼ਨ ਆਇਰਨ ਤਲਵਾਰ ਕੋਡ ਦਾ ਨਾਮ ਦਿੱਤਾ। ਇਜ਼ਰਾਈਲ ਨੇ ਆਪਣੇ ਅਤਿ ਆਧੁਨਿਕ ਆਰਟੀਫਿਸ਼ਲ ਇੰਟੈਲੀਜੈਂਸ ਸੰਚਾਲਿਤ ਲੜਾਈ ਟੈਂਕ ਬਰਾਕ ਦਾ ਉਦਘਾਟਨ ਕੀਤਾ। ਇਜ਼ਰਾਈਲੀ ਖੋਜਕਰਤਾਵਾਂ ਨੇ ਸਟੈਮ ਸੈੱਲਾਂ ਤੋਂ ਨਕਲੀ ਭਰੂਣ ਬਣਾਇਆ। ਅਮਰੀਕਾ ਨੇ ਇਜ਼ਰਾਈਲ ਦੀ ਫੌਜੀ ਖਰੀਦ ਲਈ $3.1 ਬਿਲੀਅਨ ਜਾਰੀ ਕੀਤੇ। BEL ਨੇ ਇਜ਼ਰਾਈਲ ਦੇ ਐਰੋਸਪੇਸ ਇੰਡਸਟਰੀਜ਼ ਨਾਲ ਸਮਝੌਤਾ ਕੀਤਾ। ਇਜ਼ਰਾਈਲ 60% ਕੁਦਰਤੀ ਗੈਸ ਦਾ ਉਤਪਾਦਨ ਕਰੇਗਾ। ਨੈਕਸਟ ਹੈ, ਹਾਲ ਹੀ ਵਿੱਚ ਕਿਸ ਰਾਜ ਸਰਕਾਰ ਨੇ ਔਰਤਾਂ ਲਈ ਵਿਆਹ ਦੀ ਉਮਰ ਵਧਾ ਕੇ 21 ਸਾਲ ਕਰ ਦਿੱਤੀ? ਔਰਤਾਂ ਲਈ ਵਿਆਹ ਦੀ ਉਮਰ ਵਧਾ ਕੇ 21 ਸਾਲ ਕੀਤੀ ਹੈ ਜੀ ਹਿਮਾਚਲ ਪ੍ਰਦੇਸ਼ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਇਹ ਉਮਰ ਲਿਮਿਟ ਹੈ ਜਿਹੜੀ ਹਿਮਾਚਲ ਪ੍ਰਦੇਸ਼ ਨੇ ਵਧਾਈ ਆ, ਤਾਂ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਹੈ? ਸ਼ਿਮਲਾ। ਇੱਥੋਂ ਦੀ ਵਿੰਟਰ ਕੈਪੀਟਲ ਹੈ ਧਰਮਸ਼ਾਲਾ। ਚੀਫ ਮਿਨਿਸਟਰ ਸੁਖਵਿੰਦਰ ਸਿੰਘ ਸੁੱਖੂ। ਗਵਰਨਰ ਹੈ ਸ਼ਿਵ ਪ੍ਰਤਾਪ ਸ਼ੁਕਲਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਅਨ ਨੈਸ਼ਨਲ ਪਾਰਕ ਆ, ਪਿਨ ਵੈਲੀ ਨੈਸ਼ਨਲ ਪਾਰਕ ਆ, ਇੰਦਰ ਕਿੱਲਾ ਨੈਸ਼ਨਲ ਪਾਰਕ ਆ, ਖੀਰ ਗੰਗਾ ਨੈਸ਼ਨਲ ਪਾਰਕ ਆ, ਸਿੰਬਲਵਾੜਾ ਨੈਸ਼ਨਲ ਪਾਰਕ ਆ। ਇੱਥੋਂ ਦੇ ਫੇਮਸ ਮਤਲਬ ਕਿ ਲੋਕ ਨਾਚ ਆ ਛਪੇਲੀ, ਅਤੇ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਰੋਹਿਲਾ ਨੈਸ਼ਨਲ ਪਾਰਕ ਵੀ ਆ। ਹਿਮਾਚਲ ਪ੍ਰਦੇਸ਼ ਵਿੱਚ ਖਜਿਆਰ ਝੀਲ ਆ। ਲਾਹੌਲ ਸਪੀਤੀ ਵਿੱਚ ਮੌਸਮ ਦੀ ਭਵਿੱਖਬਾਣੀ ਲਈ ਡੋਪਲਰ ਰਡਾਰ ਲਗਾਇਆ ਗਿਆ। ਹਿਮਾਚਲ ਪ੍ਰਦੇਸ਼ ਮੰਤਰੀ ਮੰਡਲ ਨੇ ਜ਼ੀਰੋ ਬਿਜਲੀ ਲਈ ਬਿੱਲ ਦੀ ਵਿਵਸਥਾ ਨੂੰ ਤਰਕਸੰਗਤ ਬਣਾਉਣ ਦੀ ਪ੍ਰਵਾਨਗੀ ਦਿੱਤੀ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਮੁੱਖ ਮੰਤਰੀ ਸਿੱਖਿਆ ਯੋਜਨਾ ਨੂੰ ਮਨਜ਼ੂਰੀ ਦਿੱਤੀ। ਹਿਮਾਚਲ ਪ੍ਰਦੇਸ਼ 12ਵੇਂ ਸਾਲਾਨਾ ਯਾਤਰਾ ਸਮੀਖਿਆ ਅਵਾਰਡ 2024 ਵਿੱਚ ਸਿਖਰ 'ਤੇ ਰਿਹਾ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪਿੰਡ ਦੇ ਦਰਵਾਜ਼ੇ 'ਤੇ ਸਰਕਾਰ ਪਹਿਲ ਕਦਮੀ ਦਾ ਉਦਘਾਟਨ ਕੀਤਾ। ਸ਼ਿਮਲਾ ਦੇ ਵਿੱਚ ਵਿੰਟਰ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਕੂਲ ਦੇ ਵਿਕਾਸ ਵਿੱਚ ਸਮੂਹਿਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਵਿਦਿਆਲਿਆ ਸ਼ੁਰੂ ਕੀਤਾ। ਨੈਕਸਟ ਹੈ, ਸਫਲ ਅਜ਼ਮਾਇਸ਼ਾਂ ਤੋਂ ਬਾਅਦ ਹਾਲ ਹੀ ਵਿੱਚ ਓਰਲ ਹੈਜੇ ਦੀ ਵੈਕਸੀਨ ਕਿਸ ਨੇ ਲਾਂਚ ਕੀਤੀ? ਓਰਲ ਹੈਜੇ ਦੀ ਵੈਕਸੀਨ ਲਾਂਚ ਕੀਤੀ ਭਾਰਤ ਬਾਇਓਟੈਕ ਨੇ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਤੂਫਾਨ ਸ਼ਾਨਦਾਰ ਕਾਰਨ ਕਿਸ ਦੇਸ਼ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ? ਹਾਂਜੀ, ਸ਼ਾਨਦਾਰ ਤੂਫਾਨ ਇਸ ਦੇ ਕਾਰਨ ਜਪਾਨ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ, ਜਪਾਨ। ਤਾਂ ਹੁਣ ਫਿਰ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜਪਾਨ। ਦੇਖੋ ਜਪਾਨ ਜਦੋਂ ਤੁਸੀਂ ਮੈਪ ਦੇ ਵਿੱਚ ਦੇਖਣਾ, ਤੁਹਾਨੂੰ ਐਗਜੈਕਟ ਲੋਕੇਸ਼ਨ ਕਿਵੇਂ ਯਾਦ ਰਹੂਗੀ? ਇੱਥੇ ਇੰਡੀਆ ਪਿਆ, ਇੰਡੀਆ ਦੇ ਨਾਲ ਨੇਪਾਲ, ਨੇਪਾਲ ਦੇ ਨਾਲ ਚੀਨ, ਠੀਕ ਹੈ,
ਨੇਪਾਲ ਦੇ ਨਾਲ ਚੀਨ ਆ, ਚੀਨ ਦੇ ਨਾਲ ਸਾਊਦੀ ਅਰਬ ਆ, ਅਤੇ ਸਾਊਦੀ ਅਰਬ ਦੇ ਕੋਲ ਤੁਸੀਂ ਦੇਖੋਗੇ ਤਾਂ ਜਾਪਾਨ ਪਿਆ ਵਾ। ਇੱਦਾਂ ਤੁਸੀਂ ਦੇਖੋ ਕਿਸੇ ਵੀ ਦੇਸ਼ ਨੂੰ ਪੜ੍ਹ ਸਕਦੇ ਹੋ, ਉਹਨੂੰ ਮੈਪ 'ਤੇ ਸਮਝ ਸਕਦੇ ਹਾਂ, ਤੁਹਾਨੂੰ ਯਾਦ ਰਹਿ ਜਾਣਗੀਆਂ ਇਹ ਚੀਜ਼ਾਂ, ਠੀਕ ਹੈ। ਫਿਰ ਮਿਆਂਮਾਰ ਆ, ਇੰਡੀਆ ਦੇ ਨਾਲ ਹੀ ਮਿਆਂਮਾਰ ਪਿਆ, ਮਿਆਂਮਾਰ ਦੇ ਨਾਲ ਹੀ ਪਿਆ ਥਾਈਲੈਂਡ, ਥਾਈਲੈਂਡ ਦੇ ਨਾਲ ਹੀ ਪਿਆ ਵੀਅਤਨਾਮ, ਠੀਕ ਹੈ। ਇੱਧਰ ਤੁਸੀਂ ਦੇਖੋਗੇ ਪਾਕਿਸਤਾਨ ਆ, ਪਾਕਿਸਤਾਨ ਨਾਲ ਅਫਗਾਨਿਸਤਾਨ ਆ, ਅਫਗਾਨਿਸਤਾਨ ਦੇ ਨਾਲ ਕਿਰਗਿਸਤਾਨ ਆ, ਕਿਰਗਿਸਤਾਨ ਦੇ ਨਾਲ ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤਾਂ ਮੰਗੋਲੀਆ ਵੀ ਪਿਆ ਵਾ ਚਾਈਨਾ ਦੇ ਉੱਪਰ, ਠੀਕ ਹੈ। ਇਸ ਤਰ੍ਹਾਂ ਤੁਹਾਨੂੰ ਯਾਦ ਰਹਿਣਗੇ। ਤਾਂ ਹੁਣ ਅਸੀਂ ਗੱਲ ਕਰ ਰਹੇ ਹਾਂ ਜਾਪਾਨ ਦੀ। ਜਾਪਾਨ ਦੀ ਪਹਿਲਾਂ ਤਾਂ ਕੈਪੀਟਲ ਦੇਖੋ ਟੋਕੀਓ, ਕਰੰਸੀ ਆ ਜਾਪਾਨੀ ਜ਼ੇਨ, ਪ੍ਰਾਈਮ ਮਿਨਿਸਟਰ ਫੂਮੀਓ ਕਿਸੀ ਦਾ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟੋਕੀਓ 'ਚ ਮਹਾਤਮਾ ਗਾਂਧੀ ਦੀ ਮੂਰਤੀ ਦਾ ਉਦਘਾਟਨ ਕੀਤਾ। ਜਾਪਾਨੀ ਵਿਗਿਆਨੀਆਂ ਨੇ ਜੀਵਤ ਚਮੜੀ ਵਾਲਾ ਰੋਬੋਟ ਚਿਹਰਾ ਵਿਕਸਿਤ ਕੀਤਾ। ਜਾਪਾਨ ਨੇ ਐਡਵਾਂਸ ਹੋਲੋਗ੍ਰਾਫੀ ਦੀ ਵਿਸ਼ੇਸ਼ਤਾ ਵਾਲੇ ਨਵੇਂ ਬੈਂਕ ਨੋਟ ਜਾਰੀ ਕੀਤੇ। ਜਾਪਾਨ ਵਿੱਚ 1000 ਸਾਲ ਪੁਰਾਣਾ ਸੋਮਿਨਸਾਈ ਫੈਸਟੀਵਲ ਸਮਾਪਤ ਹੋਇਆ। ਜਾਪਾਨ ਨੇ ਦੁਨੀਆ ਦਾ ਪਹਿਲਾ ਲੱਕੜ ਦਾ ਉਪਗ੍ਰਹਿ ਲਾਂਚ ਕੀਤਾ। ਭਾਰਤ ਅਤੇ ਜਾਪਾਨ ਵਿਚਕਾਰ ਕੋਡ ਸ਼ੇਅਰ ਸਮਝੌਤੇ 'ਤੇ ਸਾਈਨ ਕੀਤੇ ਗਏ। ਮਾਸ ਖਾਣ ਵਾਲੇ ਬੈਕਟੀਰੀਆ ਜਾਪਾਨ ਵਿੱਚ ਫੈਲੇ। ਜਾਪਾਨ ਨੂੰ ਪਾਣੀ ਦੇ ਅੰਦਰ ਜਵਾਲਾਮੁਖੀ ਫਟਣ ਤੋਂ ਬਾਅਦ ਇੱਕ ਨਵਾਂ ਟਾਪੂ ਮਿਲਿਆ। ਨੈਕਸਟ ਹੈ, ਹਾਲ ਹੀ ਵਿੱਚ ਰੇਲਵੇ ਬੋਰਡ ਦਾ ਚੇਅਰਮੈਨ ਅਤੇ CEO ਕਿਸ ਨੂੰ ਨਿਯੁਕਤ ਕੀਤਾ ਗਿਆ? ਰੇਲਵੇ ਬੋਰਡ ਦੇ ਚੇਅਰਮੈਨ ਅਤੇ CEO ਨਿਯੁਕਤ ਕੀਤਾ ਗਿਆ ਵਾ ਜੀ, ਕਿਹਨਾਂ ਨੂੰ ਨਿਯੁਕਤ ਕੀਤਾ ਗਿਆ? ਸਤੀਸ਼ ਕੁਮਾਰ ਨੂੰ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਸ਼ਿਵ ਵਾਲੀਆ ਨੂੰ HCL ਟੈਕਨੋਲੋਜੀ ਦੇ ਨਵੇਂ CFO ਚੁਣਿਆ ਗਿਆ। ਅਸ਼ੋਕ ਕੁਮਾਰ ਨੇ ESIC ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲਿਆ। ਰਿਊ ਲਾਂਗਧਰ ਨੂੰ 8ਵੇਂ ਫੀਫਾ ਅੰਡਰ 17 ਮਹਿਲਾ ਵਿਸ਼ਵ ਕੱਪ ਲਈ ਰੈਫਰੀ ਚੁਣਿਆ ਗਿਆ। ਪੂਨੀਆ ਸਲੀਲਾ ਸ਼੍ਰੀਵਾਸਤਵ ਨੂੰ ਨਵਾਂ ਸਿਹਤ ਸਕੱਤਰ ਨਿਯੁਕਤ ਕੀਤਾ ਗਿਆ। ਚੰਦਰ ਸ਼ੇਖਰ ਕੁਮਾਰ ਨੂੰ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਦਾ ਵਿਦੇਸ਼ ਵਿਸ਼ੇਸ਼ ਸਕੱਤਰ ਨਿਯੁਕਤ ਕੀਤਾ ਗਿਆ। ਰਾਜ ਕੁਮਾਰ ਚੌਧਰੀ ਨੂੰ NHPC ਲਿਮਿਟਡ ਦਾ CMD ਚੁਣਿਆ ਗਿਆ। ਸੁਮਿਤ ਵਾਲੀ ਪ੍ਰਚੂਨ ਮੁਖੀ ਵਜੋਂ ਜੈਸ ਬੈਂਕ ਵਿੱਚ ਸ਼ਾਮਿਲ ਹੋਏ। ਗੋਵਿੰਦ ਮੋਹਨ ਨੂੰ ਨਵਾਂ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ। ਨੈਕਸਟ ਹੈ, ਕਿਹੜਾ ਦੇਸ਼ ਹਾਲ ਹੀ ਵਿੱਚ 2025 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ 270,000 ਤੱਕ ਸੀਮਿਤ ਕਰੇਗਾ? ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਨੂੰ 270,000 ਤੱਕ ਸੀਮਿਤ ਕਰੇਗਾ ਆਸਟ੍ਰੇਲੀਆ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਹੁਣ ਆਸਟ੍ਰੇਲੀਆ ਦੀ ਗੱਲ ਆ, ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਆਸਟ੍ਰੇਲੀਆ। ਹੁਣ ਵੀ ਤੁਸੀਂ ਦੇਖ ਸਕਦੇ ਹੋ ਇੰਡੀਆ, ਇੰਡੀਆ ਦੇ ਨਾਲ ਮਿਆਂਮਾਰ, ਮਿਆਂਮਾਰ ਦੇ ਨਾਲ ਥਾਈਲੈਂਡ, ਥਾਈਲੈਂਡ ਦੇ ਨਾਲ ਵੀਅਤਨਾਮ, ਵੀਅਤਨਾਮ ਦੇ ਨਾਲ ਅਤੇ ਥਾਈਲੈਂਡ ਦੇ ਨਾਲ ਮਲੇਸ਼ੀਆ, ਫਿਰ ਇੰਡੋਨੇਸ਼ੀਆ ਆ ਜਾਂਦਾ ਵਾ। ਉਸ ਤੋਂ ਬਾਅਦ ਵਿਚਕਾਰ ਆਉਂਦਾ ਜੀ ਇੱਕ ਸਮੁੰਦਰੀ, ਜਿਹਨੂੰ ਅਸੀਂ ਮਹਾਸਾਗਰ ਬੋਲਦੇ ਹਾਂ, ਠੀਕ ਹੈ। ਅਤੇ ਉਸ ਤੋਂ ਬਾਅਦ ਪਾਪੂਆ ਨਿਊ ਗਿਨੀ ਵੀ ਆ ਰਿਹਾ ਵਾ, ਅਤੇ ਇੱਥੇ ਪਿਆ ਜੀ ਆਸਟ੍ਰੇਲੀਆ, ਠੀਕ ਹੈ। ਆਸਟ੍ਰੇਲੀਆ, ਆਸਟ੍ਰੇਲੀਆ ਦੇ ਨਾਲ ਹੀ ਇੱਥੇ ਤੁਸੀਂ ਦੇਖੋਗੇ ਨਿਊਜ਼ੀਲੈਂਡ ਆ। ਆਸਟ੍ਰੇਲੀਆ ਦੀ ਕੈਪੀਟਲ ਕੀ ਹੈ? ਕੈਨਵਰਾ। ਕਰੰਸੀ ਆਸਟ੍ਰੇਲੀਅਨ ਡਾਲਰ। ਪ੍ਰਾਈਮ ਮਿਨਿਸਟਰ ਐਂਥਨੀ ਅਲਬਨੇਜ਼। ਆਸਟ੍ਰੇਲੀਆ ਦੀ ਡਿਕਨ ਯੂਨੀਵਰਸਿਟੀ ਨੇ ਗੁਜਰਾਤ ਦੇ ਗਿਫਟ ਸਿਟੀ ਵਿੱਚ ਆਪਣਾ ਕੈਂਪਸ ਸਥਾਪਿਤ ਕੀਤਾ। ਆਸਟ੍ਰੇਲੀਆਈ ਫਾਰਮੂਲਾ 1 ਰੇਸਰ ਓਸਕਰ ਪੀਅਸਟਰੀ ਨੇ ਹੰਗਰੀ ਗ੍ਰਾਂ ਪ੍ਰੀ 'ਤੇ ਆਪਣਾ ਪਹਿਲਾ F1 ਖਿਤਾਬ ਜਿੱਤਿਆ। ਆਸਟ੍ਰੇਲੀਆ ਨੇ ਵਿਦੇਸ਼ੀ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ $710 ਤੋਂ ਵਧਾ ਕੇ $1,600 ਕਰ ਦਿੱਤਾ। ਆਸਟ੍ਰੇਲੀਆ ਨੇ ICC ਅੰਡਰ 19 ਪੁਰਸ਼ ਕ੍ਰਿਕਟ ਵਿਸ਼ਵ ਕੱਪ ਜਿੱਤਿਆ। ਆਸਟ੍ਰੇਲੀਆ ਵਿੱਚ ਇੱਕ ਨਵਾਂ ਕੰਮ ਜੀਵਨ ਸੰਤੁਲਨ ਬਿੱਲ ਪੇਸ਼ ਕੀਤਾ ਗਿਆ। ਆਸਟ੍ਰੇਲੀਆ ਵਿੱਚ 7ਵੀਂ ਹਿੰਦ ਮਹਾਸਾਗਰ ਸੰਮੇਲਨ ਦਾ ਆਯੋਜਨ ਕੀਤਾ ਗਿਆ। ਵਰੁਣ ਘੋਸ਼ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਗੀਤਾ 'ਤੇ ਹੱਥ ਰੱਖ ਕੇ ਸੰਸਦ 'ਚ ਸਹੁੰ ਚੁੱਕੀ। ਸੰਯੁਕਤ ਫੌਜੀ ਅਭਿਆਸ ਆਸਟ੍ਰੇਲੀਅਨ 2023 ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਪਰਥ ਵਿੱਚ ਆਯੋਜਿਤ ਕੀਤਾ ਗਿਆ।
ਨੈਕਸਟ ਹੈ, ਭਾਰਤ ਨੇ ਹਾਲ ਹੀ ਵਿੱਚ 73,000 SIG ਸੋਰ ਅਸੋਲਟ ਰਾਈਫਲਾਂ ਲਈ ਕਿਸ ਦੇਸ਼ ਨੂੰ ਆਰਡਰ ਕੀਤੀਆਂ ਹਨ? ਜਾਂ ਕਹਿ ਸਕਦੇ ਹਾਂ ਕਿ ਕਿਹੜੇ ਦੇਸ਼ ਨਾਲ ਭਾਰਤ ਦਾ ਇਹ ਸਮਝੌਤਾ ਹੋਇਆ ਕਿ ਭਾਰਤ 77,000 SIG ਸੋਰ ਅਸੋਲਟ ਰਾਈਫਲ ਆ ਜਿਹੜੀ ਅਮੈਰੀਕਾ ਨੂੰ ਦੇਣ ਜਾ ਰਿਹਾ? ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਇਸ ਰਾਈਫਲ ਦੀ ਜਿਹੜੀ ਇਹ ਰਾਈਫਲ ਆ, ਇਹਦੀ ਲੰਬਾਈ ਹੈਗੀ ਆ 34.39 ਮੀਟਰ, ਰੇਂਜ ਆ ਇਹਦੀ 500 ਮੀਟਰ, ਅਤੇ ਭਾਰ ਆ ਇਹਦਾ 3.5 ਕਿਲੋਗ੍ਰਾਮ। ਭਾਰਤ ਨੇ 28 ਅਗਸਤ ਨੂੰ ਅਮੈਰੀਕਾ ਤੋਂ 73,000 ਸਿਗ ਸੋਰ ਅਸੋਲਟ ਰਾਈਫਲਾਂ ਦਾ ਦੂਜਾ ਆਰਡਰ ਦਿੱਤਾ। ਅਤੇ ਇਸ ਤੋਂ ਇਲਾਵਾ ਸਿਗ ਸਾਊ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਭਾਰਤ ਨੇ ਇਹ ਸੌਦਾ 837 ਕਰੋੜ ਰੁਪਏ ਵਿੱਚ ਕੀਤਾ। ਭਾਰਤ ਅਮੈਰੀਕਾ ਨੂੰ LNG ਦਾ ਸਭ ਤੋਂ ਵੱਡਾ ਦੂਜਾ ਸਪਲਾਇਰ ਬਣਿਆ ਭਾਰਤ ਅਮੈਰੀਕਾ ਦਾ। ਇਸ ਤੋਂ ਪਹਿਲਾਂ ਕਿਹੜਾ ਵਾ? ਕਤਰ ਆ। ਸੱਭਿਆਚਾਰਕ ਸੰਪੱਤੀਆਂ ਦੀ ਵਾਪਸੀ ਅਤੇ ਸੁਰੱਖਿਆ ਲਈ ਭਾਰਤ ਅਤੇ ਅਮੈਰੀਕਾ ਵਿੱਚ ਘਰ ਦੋ ਵੱਲੇ ਸਮਝੌਤੇ 'ਤੇ ਸਾਈਨ ਹੋਏ। ਦੁਨੀਆ ਦਾ ਸਭ ਤੋਂ ਵੱਡਾ ਜਲ ਸੈਨਾ ਅਭਿਆਸ ਰਿਮਪੈਕ ਅਮੈਰੀਕਾ ਦੇ ਵਿੱਚ ਸ਼ੁਰੂ ਹੋਇਆ। ਦੱਖਣੀ ਕੋਰੀਆ, ਜਾਪਾਨ ਅਤੇ ਅਮੈਰੀਕਾ ਨੇ ਤ੍ਰਿਪੱਖੀ ਬਹੁ ਡੋਮੇਨ ਅਭਿਆਸ ਸ਼ੁਰੂ ਕੀਤਾ। ਅਮੈਰੀਕਾ ਭਾਰਤ ਦਾ ਚੋਟੀ ਦਾ ਰੱਖਿਆ ਨਿਰਯਾਤ ਭਾਈਵਾਲ ਬਣ ਕੇ ਉੱਭਰਿਆ। ਅਮਰੀਕੀ ਰਾਸ਼ਟਰਪਤੀ ਨੇ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ। ਅਮੈਰੀਕਾ ਨੇ ਭਾਰਤ ਨੂੰ 31 ਪ੍ਰੀਡੈਟਰ ਡਰੋਨਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ। ਨੈਕਸਟ ਹੈ, ਹਾਲ ਹੀ ਵਿੱਚ IBSF ਵਿਸ਼ਵ ਅੰਡਰ 17 ਸਨੂਕਰ ਚੈਂਪੀਅਨਸ਼ਿਪ ਦਾ ਖਿਤਾਬ ਕਿਸ ਨੇ ਜਿੱਤਿਆ? ਹਾਂਜੀ, ਰੀਸੈਂਟਲੀ IBSF ਜਾਣੀ ਕਿ ਇੰਟਰਨੈਸ਼ਨਲ ਬਿਲੀਅਰਡਸ ਐਂਡ ਸਨੂਕਰ ਫੈਡਰੇਸ਼ਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਵਾ ਜੀ ਕ੍ਰਿਸਚੀਅਨ ਰਿਕਟਰ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹਾਂਜੀ, ਇੱਥੇ ਬਾਈ ਮਿਸਟੇਕ ਨੰਬਰਿੰਗ ਦੇ ਵਿੱਚ ਪ੍ਰੋਬਲਮ ਆ। ਇਹ ਤੁਹਾਡਾ 10 ਕੁਐਸਚਨ ਆ, ਅਤੇ ਅੱਗੇ ਆ ਜੀ 11, 12, 13। ਫਿਰ ਡਿਜੀਟਲ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ TCS ਨੇ ਹਾਲ ਹੀ ਵਿੱਚ ਪੇਸ ਸਟੂਡੀਓ ਕਿੱਥੇ ਲਾਂਚ ਕੀਤਾ? ਹਾਂਜੀ, ਡਿਜੀਟਲ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਟਾਟਾ ਕੰਸਲਟੈਂਸੀ ਸਰਵਿਸ ਨੇ ਪੇਸ ਸਟੂਡੀਓ ਲਾਂਚ ਕੀਤਾ ਫਿਲੀਪੀਨਸ ਦੇ ਵਿੱਚ। ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ। ਨੈਕਸਟ ਹੈ, ਹਾਲ ਹੀ ਵਿੱਚ ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਕਿਸ ਨੇ ਜਿੱਤੀ? ਰਾਸ਼ਟਰੀ ਸ਼ਤਰੰਜ ਚੈਂਪੀਅਨਸ਼ਿਪ ਜਿੱਤੀ ਹੈ ਜੀ ਕਾਰਤਿਕ ਵੈਂਕਟਾਰਮਨ ਨੇ। ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ। ਹੁਣ ਅਸੀਂ ਕਰਦੇ ਹਾਂ ਇੰਪੋਰਟੈਂਟ ਕਰੰਟ ਅਫੇਅਰ ਰਿਵਾਈਜ਼। ਪੂਨੀਆ ਸਲੀਲਾ ਸ਼੍ਰੀਵਾਸਤਵ ਨੂੰ ਨਵਾਂ ਸਿਹਤ ਸਕੱਤਰ ਚੁਣਿਆ ਗਿਆ। ਭਾਰਤ ਵਿੱਚ ਸਭ ਤੋਂ ਵੱਧ EV ਚਾਰਜਿੰਗ ਸਟੇਸ਼ਨਾਂ ਦੇ ਨਾਲ ਕਰਨਾਟਕ ਟੌਪ 'ਤੇ ਰਿਹਾ। ਪੰਜਾਬ ਨੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਰੰਭ ਪ੍ਰੋਗਰਾਮ ਸ਼ੁਰੂ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੂੰ ਫਿਜੀ ਦੇ ਸਰਵਉੱਚ ਨਾਗਰਿਕ ਸਨਮਾਨ ਕੰਪੈਨੀਅਨ ਆਫ ਦੀ ਆਰਡਰ ਆਫ ਫਿਜੀ ਨਾਲ ਸਨਮਾਨਿਤ ਕੀਤਾ ਗਿਆ। ਅਮੁੱਲ ਨੂੰ ਦੁਨੀਆ ਦੇ ਸਭ ਤੋਂ ਮਜ਼ਬੂਤ ਡੈਰੀ ਬ੍ਰਾਂਡਾਂ ਦਾ ਦਰਜਾ ਮਿਲਿਆ। ਜੰਮੂ ਕਸ਼ਮੀਰ ਵਿੱਚ ਸੱਭਿਆਚਾਰਕ ਮੇਲਾ ਕਸੂਰ ਨਿਵਾਸ ਸਮਾਪਤ ਹੋਇਆ। ਸ਼੍ਰੀਲੰਕਾ ਨੇ ਭਾਰਤ ਸਮੇਤ 35 ਦੇਸ਼ਾਂ ਨੂੰ ਵੀਜ਼ਾ ਮੁਕਤ ਦਾਖਲੇ ਦੀ ਆਗਿਆ ਦਿੱਤੀ। ਸੱਤਿਆ ਪ੍ਰਕਾਸ਼ ਸਾਂਗਵਾਨ ਨੇ ਪੈਰਿਸ 2024 ਪੈਰਾ ਓਲੰਪਿਕ ਲਈ ਸੇਫ ਡੀ ਮਿਸ਼ਨ ਦਾ ਨਾਮ ਦਿੱਤਾ। ਵੋਇੰਗ ਨੇ ਕੈਲੀ ਆਰਟਵਰਗ ਨੂੰ ਆਪਣਾ ਨਵਾਂ CEO ਅਤੇ ਪ੍ਰਧਾਨ ਚੁਣਿਆ। ਛੱਤੀਸਗੜ੍ਹ ਸਰਕਾਰ ਨੇ ਭਾਰਤ ਦੇ ਤੀਜੇ ਸਭ ਤੋਂ ਵੱਡੇ ਟਾਈਗਰ ਰਿਜ਼ਰਵ ਨੂੰ ਮਨਜ਼ੂਰੀ ਦਿੱਤੀ। ਗੁਰੂ ਘਾਸੀਦਾਸ ਟਾਈਗਰ ਰਿਜ਼ਰਵ ਛੱਤੀਸਗੜ੍ਹ ਦੇ ਤਮੋਰ ਪਿੰਗਲਾ ਟਾਈਗਰ ਰਿਜ਼ਰਵ ਨੂੰ ਮਿਲਾ ਕੇ
ਇੱਕ ਸਭ ਤੋਂ ਵੱਡਾ ਦੇਸ਼ ਦਾ ਤੀਜਾ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਬਣਾਇਆ ਗਿਆ। ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਯਾਤਰੀ ਕਿਸ਼ਤੀ ਸੇਵਾ ਮੁੜ ਸ਼ੁਰੂ ਹੋਈ। ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਬਾਲ ਪੌਸ਼ਟਿਕ ਭੋਜਨ ਯੋਜਨਾ ਸ਼ੁਰੂ ਕੀਤੀ ਗਈ। ਭਾਰਤ ਦਾ ਪਹਿਲਾ GI ਟੈਗਡ ਅੰਜੀਰ ਦਾ ਜੂਸ ਪੋਲੈਂਡ ਨੂੰ ਨਿਰਯਾਤ ਕੀਤਾ ਗਿਆ। GI ਟੈਗ ਵਾਲਾ ਅੰਜੀਰ ਦਾ ਜੂਸ। ਡੈਰੀਅਸ ਵਿਸਰ ਨੇ T20 ਇੰਟਰਨੈਸ਼ਨਲ ਵਿੱਚ ਓਵਰ ਵਿੱਚ ਇੱਕ ਸਭ ਤੋਂ ਵੱਧ 39 ਦੌੜਾਂ ਬਣਾ ਕੇ ਰਿਕਾਰਡ ਬਣਾਇਆ। ਕਰੋਏਸ਼ੀਆ ਨੇ ਲਾਜ਼ਮੀ ਮਿਲਟਰੀ ਸੇਵਾ ਨੂੰ ਦੁਬਾਰਾ ਸ਼ੁਰੂ ਕੀਤਾ। BPCL ਨੇ ਬਿਹਾਰ ਵਿੱਚ ਡਰੋਨ ਆਧਾਰਿਤ ਵਣੀਕਰਨ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ। ਹੈਦਰਾਬਾਦ ਏਅਰਪੋਰਟ ਨੇ ਇੰਡੀਆ ਟਰੈਵਲ ਅਵਾਰਡਸ ਵਿੱਚ ਸਰਵੋਤਮ ਏਅਰਪੋਰਟ ਅਵਾਰਡ ਜਿੱਤਿਆ। ਹਾਂਜੀ, ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਆ ਅਤੇ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਵਧੀਆ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ, ਥੈਂਕਸ ਫੋਰ ਵਾਚਿੰਗ।